ਲੌਕਡਾਊਨ ਖੁੱਲ੍ਹਣ ਦੀਆਂ ਖਬਰਾਂ ਦੇ ਨਾਲ ਹੀ ਖੁੱਲ੍ਹ ਰਹੇ ਨੇ ਜੀ ਸਿਨੇਮਾ ਘਰ ਅਤੇ ਇਸੇ ਦੇ ਨਾਲ ਨਵੀਆਂ ਪੰਜਾਬੀ ਫਿਲਮਾਂ ਦੀਆਂ ਰਿਲੀਜ਼ਿੰਗ ਡੇਟਸ ਦੇ ਨਾਲ ਨਾਲ ਨਵੀਆਂ ਆਉਣ ਵਾਲੀਆਂ ਜਾਂ ਸ਼ੂਟ ਹੋਣ ਵਾਲੀਆਂ ਫਿਲਮਾਂ ਦੀ ਅਨਾਊਂਸਮੈਂਟ ਵੀ ਸ਼ੁਰੂ ਹੋ ਗਈਆਂ ਨੇ। ਛੜਾ ਅਤੇ ਨਿੱਕਾ ਜਲਦਾਰ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕਰਨ ਵਾਲੀ ਜਗਦੀਪ ਸਿੱਧੂ ਨੇ ਉਸੇ ਲੜੀ ਦੇ ਅਧੀਨ ਇੱਕ ਹੋਰ ਫਿਲਮ ਅਨਾਊਂਸ ਕਰ ਦਿੱਤੀ ਹੈ ਜੀ, ਜਿਸ ਦਾ ਨਾਮ ਹੈ ਸ਼ੇਰ ਬੱਗਾ। ਸ਼ੇਰ ਬੱਗਾ ਮੂਵੀ ਦੀ ਸਟਾਰਕਾਸਟ ਦੀ ਜੇ ਗੱਲ ਕਰੀਏ ਤਾਂ ਇਸ ਵਿੱਚ ਨੇ ਨਿੱਕਾ ਜੈਲਦਾਰ ਜਾਣੀ ਕਿ ਐਮੀ ਵਿਰਕ ਅਤੇ ਅਰਬ ਮੁਟਿਆਰ ਜਾਣੀ ਕਿ ਸੋਨਮ ਬਾਜਵਾ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਦਲਜੀਤ ਥਿੰਦ ਅਤੇ ਖੁਦ ਐਮੀ ਵਿਰਕ, ਅਤੇ ਡਾਇਰੈਕਟ ਕਰਨਗੇ ਉਹੀ ਜਗਦੀਪ ਸਿੱਧੂ। ਜਗਦੀਪ ਸਿੱਧੂ ਨੇ ਫਿਲਮ ਦਾ ਫਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਹਰ ਕੋਈ ਗੱਲ ਕਰਦਾ ਇਹ ਕਿਸਮਤ ਸੁਪਨਾ ਮੋਹ ਵਰਗੀਆਂ ਫਿਲਮਾਂ ਦੀ, ਉਹਨਾਂ ਕਰਕੇ ਮੇਰੀ ਪਹਿਚਾਣ ਹੈ, ਉਹਨਾਂ ਕਰਕੇ ਇੰਨਾ ਪਿਆਰ ਮਿਲਦਾ ਏ। ਅਕਸਰ ਚਾਹੁਣ ਵਾਲੇ ਕਹਿ ਦਿੰਦੇ ਨੇ ਕਿ ਉਹਨਾਂ ਦੀ ਕਹਾਣੀ ਕਮਾਲ ਸੀ, ਪਰ ਸੱਚ ਪੁੱਛੋ ਤਾਂ ਅਸਲ ਕਹਾਣੀ ਛੜਾ ਤੋਂ ਸਟਾਰਟ ਹੋ ਕੇ ਸ਼ੇਰ ਬੱਗਾ 'ਤੇ ਮੁੱਕਦੀ ਹੈ। ਕੀਪ ਲਾਫਿੰਗ ਕੀਪ ਸਮਾਈਲਿੰਗ ਆਫਟਰ ਨਿੱਕਾ ਜੈਲਦਾਰ ਅਤੇ ਛੜਾ ਇੱਕ ਵਾਰ ਫਿਰ ਰੰਗਾ ਰੰਗ ਪ੍ਰੋਗਰਾਮ ਸ਼ੇਰ ਬੱਗਾ। ਐਮੀ ਵਿਰਕ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਦੀ ਕਿਰਪਾ ਨਾਲ ਅਗਲੀ ਫਿਲਮ ਸ਼ੁਰੂ ਕਰਨ ਲੱਗੇ ਹਾਂ, ਕੱਲ੍ਹ ਨੂੰ ਸ਼ੇਰ ਬੱਗਾ ਪਿਆਰ ਸਤਿਕਾਰ ਦਿਓ। ਅਤੇ ਇਸ ਤੋਂ ਬਾਅਦ ਸੋਨਮ ਬਾਜਵਾ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ। ਸੋਨਮ ਬਾਜਵਾ ਨੇ ਕਿਹਾ, ਸੋ ਬਲੈਸਡ ਐਂਡ ਗ੍ਰੇਟਫੁਲ ਵਰਕਿੰਗ ਵਿਦ ਮਾਈ ਫੇਵਰਟ ਪੀਪਲ ਅਗੇਨ, ਐਮੀ ਵਿਰਕ, ਜਗਦੀਪ ਸਿੱਧੂ, ਥਿੰਦ ਮੋਸ਼ਨ ਫਿਲਮਸ। ਫਿਲਮ ਦੀ ਸ਼ੂਟਿੰਗ ਸਟਾਰਟ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ। ਤੁਹਾਨੂੰ ਇਹ ਅਪਡੇਟ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਦੇਖਦੇ ਰਹੋ ਚਸਕਾ ਟੀਵੀ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ।